ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਅਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਅਕਾਲੀ ਦਲ ਦੇ ਵਿੱਚ ਕੋਈ ਤਾਂ ਦਿਨ ਇਹੋ ਜਿਹਾ ਹੋਵੇ ਜਦੋਂ ਨਵਾਂ ਧਮਾਕਾ ਨਹੀਂ ਹੁੰਦਾ, ਜਦੋਂ ਨਵੀਂ ਖਬਰ ਨਹੀਂ ਪ੍ਰਾਪਤ ਹੁੰਦੀ, ਉਸ ਖਬਰ ਦੇ ਉੱਤੇ ਕੋਈ ਨਵੇਂ ਰੂਪ ਦੇ ਵਿੱਚ ਪ੍ਰਤੀਕਿਰਿਆ ਨਹੀਂ ਆਉਂਦੀ। ਸੁਖਦੇਵ ਸਿੰਘ ਢੀਂਡਸਾ ਦੇ ਵੱਲੋਂ ਕੀਤਾ ਗਿਆ ਧਮਾਕਾ, ਬਾਅਦ ਦੇ ਵਿੱਚ ਮਾਝੇ ਦੇ 3 ਜਥੇਦਾਰਾਂ ਦੇ ਵੱਲੋਂ ਕੀਤਾ ਗਿਆ ਧਮਾਕਾ, ਅਕਾਲੀ ਦਲ ਦੀ ਰੈਲੀ ਦਾ ਧਮਾਕਾ ਜਿਹੜਾ ਕਿ ਉਹਨਾਂ ਨੇ ਧਮਾਕਾ ਕਿਹਾ, ਪਰ ਬਾਕੀਆਂ ਨੇ ਇਹ ਗੱਲ ਕਹੀ ਵੀ ਇੱਥੇ ਧਮਾਕੇ ਵਾਲੀ ਬਾਹਲੀ ਵੱਡੀ ਗੱਲ ਹੈ ਨਹੀਂ ਸੀ। ਅਤੇ ਅੱਜ ਦਾ ਇੱਕ ਨਵਾਂ ਧਮਾਕਾ, ਸਵੇਰ ਦੇ ਵੇਲੇ ਇਹ ਖਬਰ ਆ ਗਈ ਕਿ ਜਿਹੜੇ ਮਨਜੀਤ ਸਿੰਘ ਜੀਕੇ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਜਿਨ੍ਹਾਂ ਦੇ ਨਾਲ ਯੂਬਾ ਸਿਟੀ ਦੇ ਵਿੱਚ ਜੋ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਹੋਇਆ, ਉਹਨਾਂ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ, ਉਹਨਾਂ ਨੇ ਪ੍ਰਧਾਨਗੀ ਛੱਡ ਦਿੱਤੀ ਆ। ਖਬਰਾਂ ਇਹ ਆਈਆਂ ਕਿ ਉਹਨਾਂ ਦੀ ਜ਼ਮੀਰ ਜਾਗ ਪਈ ਹੈ, ਖਬਰਾਂ ਇਹ ਆਈਆਂ ਕਿ ਉਹ ਵੀ ਮਨ ਦੇ ਉੱਤੇ ਢੀਂਡਸਾ ਸਾਹਿਬ ਦੇ ਵਾਂਗੂ ਬੋਝ ਲਈ ਫਿਰਦੇ ਸੀ, ਖਬਰਾਂ ਇਹ ਆਈਆਂ ਕਿ ਉਹ ਪਾਰਟੀ ਦੀਆਂ ਕਈ ਨੀਤੀਆਂ ਤੋਂ ਪਰੇਸ਼ਾਨ ਨੇ, ਖਬਰਾਂ ਇਹ ਆਈਆਂ ਕਿ ਉਹ ਅਕਾਲੀ ਦਲ ਦੇ ਹਰ ਫੈਸਲੇ ਤੋਂ ਸੰਤੁਸ਼ਟ ਨਹੀਂ, ਖਬਰਾਂ ਇਹ ਵੀ ਆਈਆਂ ਕਿ ਬੇਅਦਬੀ ਕਾਂਡ ਦਾ ਉਹਨਾਂ ਨੂੰ ਵੀ ਨਿੱਜੀ ਤੌਰ ਦੇ ਉੱਤੇ ਦੁੱਖ ਹੈ, ਅਤੇ ਖਬਰਾਂ ਇਹ ਵੀ ਆਈਆਂ ਕਿ ਜਿਸ ਤਰੀਕੇ ਦੇ ਨਾਲ ਡੇਰਾ ਮੁਖੀ ਨੂੰ ਮਾਫ਼ੀ ਦਿੱਤੀ ਗਈ, ਉਹਨਾਂ ਦੇ ਅੰਦਰ ਵੀ ਇੱਕ ਪੀੜ ਲੁਕੀ ਹੋਈ ਹੈ। ਪਰ ਇਹ ਖਬਰਾਂ ਇੰਨੀ ਲੇਟ ਕਿਉਂ ਆਈਆਂ? ਇਹ ਸੀਜ਼ਨ ਜਾਂ ਕਿਹੜੀ ਗੱਲੋਂ ਤੁਰ ਪਿਆ ਕਿ ਅਕਾਲੀ ਦਲ ਦੇ ਫਲਾਣੇ ਨੇਤਾ ਨੇ ਅਸਤੀਫਾ ਦੇ ਦਿੱਤਾ, ਅਕਾਲੀ ਦਲ ਦੇ ਫਲਾਣੇ ਨੇਤਾ ਦੇ ਮਨ ਦੇ ਵਿੱਚ ਚੀਸ ਉੱਠੀ, ਫਲਾਣੇ ਨੇਤਾ ਨੇ ਕਿਹਾ ਕਿ ਮੈਂ ਅਸਤੀਫਾ ਨਹੀਂ ਦਿੱਤਾ, ਇਹ ਤਾਂ ਮੈਂ ਰੁਝੇਵਿਆਂ ਦੇ ਵਿੱਚ ਸੀ, ਇਸ ਕਰਕੇ ਆਪਣੀ ਅਹੁਦੇਦਾਰੀ ਫਲਾਣੇ ਬੰਦੇ ਦੇ ਕੋਲੇ ਛੱਡਿਆ ਆ। ਇਹੋ ਜਿਹੀਆਂ ਜਦੋਂ ਖਬਰਾਂ ਆਉਂਦੀਆਂ ਤਾਂ ਕਈ ਕਿਸਮ ਦੀਆਂ ਗੱਲਾਂ ਮੂੰਹ ਜ਼ਬਾਨੀ ਵੀ ਉੱਠਦੀਆਂ, ਕਈ ਕਿਸਮ ਦੀਆਂ ਖਬਰਾਂ ਮੀਡੀਆ ਦੇ ਵਿੱਚ ਵੀ ਆਉਂਦੀਆਂ, ਅਤੇ ਵਿਰੋਧੀਆਂ ਨੂੰ ਵੀ ਕਈ ਕਿਸਮ ਦੀਆਂ ਗੱਲਾਂ ਬਾਤਾਂ ਕਰਨ ਦਾ ਮੌਕਾ ਮਿਲ ਜਾਂਦਾ। ਮਨਜੀਤ ਸਿੰਘ ਜੀਕੇ ਨੇ ਸਰਗਰਮੀ ਲੰਘੇ ਵੇਲੇ ਦੇ ਵਿੱਚ ਚੋਖੀ ਦਿਖਾਈ ਹੈ। ਮਨਜੀਤ ਸਿੰਘ ਜੀਕੇ ਦੇ ਨਾਲ ਜੁੜੇ ਹੋਏ ਵਿਵਾਦ ਵੱਖਰੀ ਥਾਂ ਦੇ ਉੱਤੇ ਆ, ਪਰ ਮਨਜੀਤ ਸਿੰਘ ਨੇ ਜਿਸ ਤਰੀਕੇ ਨਾਲ ਯੂਬਾ ਸਿਟੀ ਦੇ ਵਿੱਚ ਬੜਕ ਮਾਰੀ ਸੀ, ਜਿਸ ਤਰੀਕੇ ਨਾਲ ਉਹਨਾਂ ਦੇ ਉੱਤੇ ਹਮਲਾ ਹੋਇਆ, ਹਮਲੇ ਤੋਂ ਬਾਅਦ ਉਹਨਾਂ ਨੇ ਫਿਰ ਬੜਕ ਮਾਰੀ ਅਤੇ ਵਾਪਸ ਭਾਰਤ ਦੇ ਵਿੱਚ ਆ ਕੇ ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਡਰਨ ਵਾਲਾ ਨਹੀਂ। ਹੁਣ ਕਿਤੇ ਉਹ ਡਰ ਤਾਂ ਨਹੀਂ ਅੰਦਰੋਂ ਉੱਠਿਆ? ਹੁਣ ਕਿਤੇ ਉਹਨਾਂ ਨੂੰ ਇਹ ਤਾਂ ਨਹੀਂ ਲੱਗਿਆ ਵੀ ਅਕਾਲੀ ਦਲ ਦੀ ਖਾਤਰ ਮੈਂ ਕੁੱਟ ਵੀ ਖਾ ਲਈ, ਪਰ ਹਾਲੇ ਤੱਕ ਅਕਾਲੀ ਦਲ ਦੇ ਵੱਲੋਂ ਮੇਰੀ ਬਾਂਹ ਨਹੀਂ ਫੜੀ ਜਾ ਰਹੀ, ਜਾਂ ਜਿਵੇਂ ਮੈਂ ਚਾਹੁੰਦਾ ਉਸ ਤਰੀਕੇ ਦੇ ਨਾਲ ਮੇਰੀ ਮਨ ਦੀ ਅਵਸਥਾ ਨੂੰ ਸਮਝਿਆ ਨਹੀਂ ਜਾ ਰਿਹਾ? ਕਾਰਨ ਇਹਦੇ ਪਿੱਛੇ ਕੀ ਹੋਇਆ? ਉਹਨਾਂ ਨੇ ਅਸਤੀਫਾ ਕਿਉਂ ਦਿੱਤਾ? ਇਹ ਅਸਤੀਫਾ ਇੱਕ ਡਰਾਮਾ ਜਾਂ ਅਸਤੀਫੇ ਦੇ ਪਿੱਛੇ ਸੱਚੀ ਮੁੱਚੀ ਕੋਈ ਪੀੜ ਲੁਕੀ ਹੋਈ ਹੈ? ਇਹ ਪੀੜ ਬੇਅਦਬੀ ਕਾਂਡ ਦੇ ਨਾਲ ਜਾ ਜੁੜਦੀ ਹੈ ਜਾਂ ਕੋਈ ਨਿੱਜੀ ਤੌਰ ਦੇ ਉੱਤੇ ਪੀੜ ਹੈ? ਕੀ ਸੁਖਬੀਰ ਸਿੰਘ ਬਾਦਲ ਅਤੇ ਮਨਜੀਤ ਸਿੰਘ ਜੀਕੇ ਦੀ ਵਿਗੜ ਗਈ, ਜਾਂ ਇਹਦੇ ਪਿੱਛੇ ਕੋਈ ਹੋਰ ਵਜ੍ਹਾ ਹੈਗੀ ਹੈ, ਜਾਂ ਦਿੱਲੀ ਕਮੇਟੀ ਦੇ ਵੱਲ ਖਿਆਲ ਨਹੀਂ ਕੀਤਾ ਜਾ ਰਿਹਾ ਅਕਾਲੀ ਦਲ ਦੇ ਵੱਲੋਂ, ਜਾਂ ਫਿਰ ਮਨਜੀਤ ਸਿੰਘ ਜੀਕੇ ਦੇ ਮੁਕਾਬਲੇ ਕੋਈ ਹੋਰ ਬਰਾਬਰ ਦਾ ਸ਼ਰੀਕ ਖੜਾ ਕਰ ਦਿੱਤਾ ਗਿਆ? ਇਹ ਲੋਕਾਂ ਦੇ ਮਨਾਂ ਵਿੱਚ ਵੀ ਸਵਾਲ ਆ ਰਹੇ ਅਤੇ ਸਾਡੇ ਵੀ, ਪਰ ਜੀਕੇ ਹੋਰਾਂ ਨੇ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਸਫਾਈ ਦੇ ਦਿੱਤੀ ਦੁਪਹਿਰ ਦੇ ਵੇਲੇ। ਉਹ ਕਹਿੰਦੇ ਜੀ ਮੈਂ ਕੋਈ ਅਸਤੀਫਾ ਨਹੀਂ ਦਿੱਤਾ, ਮੈਂ ਤਾਂ 15 ਕੁ ਦਿਨ ਦੇ ਲਈ ਆਪਣੇ ਕੰਮਾਂ ਕਾਜਾਂ ਦੇ ਵਿੱਚ ਬਹੁਤ ਜ਼ਿਆਦਾ ਮਸਰੂਫ ਹਾਂ, ਮੈਂ ਤਾਂ ਹਰਮੀਤ ਸਿੰਘ ਕਾਲਕਾ ਹੋਰਾਂ ਨੂੰ ਆਪਣਾ ਅਹੁਦਾ ਸੌਂਪ ਕੇ ਆਇਆ, ਅੱਗੇ ਵੀ ਜਦੋਂ ਕਿਤੇ ਮੈਂ ਰੁਝੇਵੇਂ ਦੇ ਵਿੱਚ ਹੁੰਦਾ ਉਹਨਾਂ ਨੂੰ ਕਹਿ ਦਿੰਦਾ ਵੀ ਭਾਈ ਕੰਮ ਕਾਜ ਤੁਸੀਂ ਚਲਾ ਲਓ। ਪਰ ਅੰਦਰੋਂ ਫਿਰ ਉਹੀ ਪੀੜ ਉੱਠੀ, ਕਹਿੰਦੇ ਵੀ ਕੁਝ ਕੁ ਪਾਰਟੀ ਦੀਆਂ ਨੀਤੀਆਂ ਦੇ ਨਾਲ ਮੈਂ ਸਹਿਮਤ ਨਹੀਂ, ਚਾਹੀਦਾ ਇਹ ਹੈ ਕਿ ਪਾਰਟੀ ਦੇ ਵਿੱਚ ਵੱਡਿਆਂ ਦਾ ਸਤਿਕਾਰ ਹੋਵੇ, ਛੋਟਿਆਂ ਨੂੰ ਪਿਆਰ ਮਿਲੇ, ਪਰ ਸਾਡੀ ਪਾਰਟੀ ਨੂੰ ਇਸ ਵਕਤ ਕਈ ਕੁਝ ਸੋਚਣ ਵਿਚਾਰਨ ਦੀ ਲੋੜ ਹੈ। ਇਹ ਸਾਰੀਆਂ ਗੱਲਾਂ ਉਦੋਂ ਹੀ ਕਿਉਂ ਕੀਤੀਆਂ ਜਾਂਦੀਆਂ ਜਦੋਂ ਅਸਤੀਫੇ ਦੀ ਖਬਰ ਆ ਜਾਂਦੀ ਹੈ? ਨਾਲੇ ਤਾਂ ਅਸਤੀਫੇ ਦਾ ਖੰਡਨ ਕਰ ਦਿੰਦੇ ਆ, ਨਾਲੇ ਮਨ ਦੀ ਚੀਸ ਬਿਆਨ ਕਰ ਜਾਂਦੇ ਆ। ਇਹ ਪਖੰਡ ਚੱਲ ਰਿਹਾ, ਇਹ ਸੱਚੀ ਮੁੱਚੀ ਦਰਦ ਹੈ ਜਾਂ ਇਹਦੇ ਪਿੱਛੇ ਕਹਾਣੀ ਕੀ ਹੈ? ਇਹ ਸਭ ਦੇ ਆਪੋ ਆਪਣੇ ਵਿਚਾਰ ਹੈ। ਪਰ ਅੱਜ ਪਰਮਜੀਤ ਸਿੰਘ ਸਰਨਾ ਹੋਰਾਂ ਨੇ ਆਥਣ ਵੇਲੇ ਨਵਾਂ ਸੱਪ ਕੱਢ ਮਾਰਿਆ। ਉਹ ਕਹਿੰਦੇ ਵੀ ਜਿਹੜਾ ਮਨਜੀਤ ਸਿੰਘ ਜੀਕੇ ਆ ਇਹਨੇ ਕੀਤੇ ਆ ਲੰਘੇ ਵੇਲੇ ਦੇ ਵਿੱਚ ਬੇਹੱਦ ਵੱਡੇ ਕਪਲੇ, ਸਾਡੇ ਕੋਲ ਹੈਗੇ ਆ ਸਬੂਤ। ਅਤੇ ਸ਼ੰਟੀ ਹੋਰਾਂ ਨੇ ਵੀ ਅੱਜ ਫੇਸਬੁੱਕ ਦੇ ਉੱਤੇ ਲਾਈਵ ਹੋ ਕੇ ਕਈ ਕਿਸਮ ਦੇ ਸਬੂਤ ਦਸਤਾਵੇਜ਼ ਪੇਸ਼ ਕੀਤੇ ਆ। ਉਹਨਾਂ ਨੇ ਕਿਹਾ ਵੀ ਘਪਲੇਬਾਜ਼ੀਆਂ ਉਜਾਗਰ ਹੋਣ ਤੋਂ ਪਹਿਲਾਂ ਮਨਜੀਤ ਸਿੰਘ ਜੀਕੇ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਦੀਆਂ ਗੱਲਾਂ ਦੇ ਵਿੱਚ ਉਹਨਾਂ ਦੇ ਵੱਲੋਂ ਲਾਏ ਗਏ ਦੋਸ਼ਾਂ ਦੇ ਵਿੱਚ ਕਿੰਨਾ ਕੁ ਦਮ ਹੈ ਇਹਦੀ ਅਸੀਂ ਸ਼ਾਦੀ ਨਹੀਂ ਭਰਦੇ, ਕਿਉਂਕਿ ਰਾਜਨੀਤਿਕ ਲੋਕ ਹੁੰਦੇ ਜਿਹੜੇ ਸ਼ਰੀਕ ਹੁੰਦੇ ਆ ਇੱਕ ਦੂਜੇ ਦੇ ਪੈਰ ਇਹੀ ਮਿੱਧਦੇ ਆ। ਪਰ ਅੱਜ ਪੂਰਾ ਦਿਨ ਜੋ ਜੋ ਕੁਝ ਚੱਲਦਾ ਰਿਹਾ ਮਨਜੀਤ ਸਿੰਘ ਜੀਕੇ ਦੇ ਮੁਤਲਕ, ਅਤੇ ਉਸ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੀ ਖਬਰ ਆ ਗਈ ਕਿ ਉਹਨਾਂ ਨੇ ਕਿਹਾ ਵੀ ਹੁਣ ਮੇਰੇ ਮੂੰਹੋਂ ਬਾਹਲੀਆਂ ਗੱਲਾਂ ਕਿਉਂ ਕਢਵਾਉਂਦੇ ਹੋ? ਅੰਮ੍ਰਿਤਸਰ ਦੇ ਵਿੱਚੋਂ ਮੱਥਾ ਟੇਕਣ ਗਏ ਸੀ ਅਤੇ ਕਹਿੰਦੇ ਵੀ ਜੋ ਕੁਝ ਮੈਂ ਚਿੱਠੀ ਦੇ ਵਿੱਚ ਲਿਖਣਾ ਸੀ ਲਿਖਤਾ, ਸਾਡੀ ਪਾਰਟੀ ਨੂੰ ਕਈ ਕੁਝ ਕਰਨ ਦੀ ਲੋੜ ਹੈ ਜਿਹੜਾ ਕੁਝ ਹਾਲੇ ਤੱਕ ਉਹਨਾਂ ਨੇ ਕੀਤਾ ਨਹੀਂ। ਅਤੇ ਪਹਿਲਾਂ ਕਰਦੇ ਹਾਂ ਜੀਕੇ ਹੋਰਾਂ ਦੀ ਖਬਰ ਨੂੰ ਸਾਂਝਾ ਅਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਪਾਰਟੀ ਨੂੰ ਸੰਕਟ ਦੇ ਵਿੱਚੋਂ ਉਭਾਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਰੈਲੀਆਂ ਵਾਲਾ ਫਾਰਮੂਲਾ ਹਾਲ ਦੀ ਘੜੀ ਸਫਲ ਹੁੰਦਾ ਨਜ਼ਰ ਨਹੀਂ ਆ ਰਿਹਾ।
ਸੁਖਬੀਰ ਬਾਦਲ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੂੰ ਅੱਗੇ ਕਰਕੇ ਟਕਸਾਲੀ ਲੀਡਰਸ਼ਿਪ ਨੂੰ ਇੱਕਜੁੱਟ ਕਰਨਾ ਚਾਹ ਰਹੇ ਨੇ, ਪਰ ਦੂਜੇ ਪਾਸੇ ਸੀਨੀਅਰ ਲੀਡਰ ਖੁੱਲ੍ਹ ਕੇ ਨਾਰਾਜ਼ਗੀ ਦਾ ਪ੍ਰਗਟਾਵਾ ਕਰ ਰਹੇ ਨੇ। ਹੁਣ ਪਾਰਟੀ ਨੂੰ ਵੱਡਾ ਝਟਕਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦਿੱਤਾ। ਜੀਕੇ ਨੇ ਬੇਸ਼ੱਕ ਸਪਸ਼ਟ ਕੀਤਾ ਕਿ ਉਹਨਾਂ ਨੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ, ਪਰ ਨਾਲ ਹੀ ਮੰਨਿਆ ਕਿ ਪਾਰਟੀ ਦੇ ਵਿੱਚ ਸਭ ਕੁਝ ਸਹੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਪਾਰਟੀ ਦੇ ਵਿੱਚ ਕਈ ਫੈਸਲੇ ਗਲਤ ਹੋਏ ਨੇ, ਜਿਸ ਕਰਕੇ ਅਕਾਲੀ ਦਲ ਵੱਡੇ ਸੰਕਟ ਦੇ ਵਿੱਚ ਹੈ। ਉਹਨਾਂ ਨੇ ਅਸਿੱਧੇ ਰੂਪ ਦੇ ਵਿੱਚ ਸੁਖਬੀਰ ਬਾਦਲ ਦੀ ਲੀਡਰਸ਼ਿਪ ਦੇ ਉੱਤੇ ਸਵਾਲ ਕੀਤਾ ਹੈ। ਜੀਕੇ ਨੇ ਕਿਹਾ ਕਿ ਪੁਰਾਣੀ ਅਤੇ ਨਵੀਂ ਲੀਡਰਸ਼ਿਪ ਦੇ ਵਿੱਚ ਤਾਲਮੇਲ ਦੀ ਘਾਟ ਹੈ, ਜੇਕਰ ਇਸ ਨੂੰ ਸਹੀ ਨਾ ਕੀਤਾ ਤਾਂ ਖਤਰਨਾਕ ਸਿੱਟੇ ਨਿਕਲਣਗੇ। ਇਸ ਤੋਂ ਪਹਿਲਾਂ ਚੋਟੀ ਦੇ ਨੇਤਾ ਸੁਖਦੇਵ ਸਿੰਘ ਢੀਂਡਸਾ ਨੇ ਅਸਤੀਫਾ ਦਿੱਤਾ। ਮਾਝੇ ਦੇ ਸੀਨੀਅਰ ਨੇਤਾ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਵੀ ਬਾਗੀ ਤੇਵਰ ਦਿਖਾ ਚੁੱਕੇ ਨੇ। ਅਹਿਮ ਗੱਲ ਇਹ ਹੈ ਕਿ ਸਾਰੇ ਲੀਡਰ ਸੁਖਬੀਰ ਬਾਦਲ ਦੀ ਕਾਰਜਸ਼ੈਲੀ ਦੇ ਉੱਤੇ ਹੀ ਸਵਾਲ ਚੁੱਕ ਰਹੇ ਨੇ। ਇਸ ਲਈ ਕਈ ਸੀਨੀਅਰ ਲੀਡਰਾਂ ਦਾ ਮੰਨਣਾ ਹੈ ਕਿ ਅਕਾਲੀ ਦਲ ਨਹੀਂ, ਬਾਦਲ ਪਰਿਵਾਰ ਸੰਕਟ ਦੇ ਵਿੱਚ ਹੈ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਸਭ ਤੋਂ ਵੱਡੇ ਸੰਕਟ ਦੇ ਵਿੱਚੋਂ ਲੰਘ ਰਿਹਾ। ਇਹ ਸੰਕਟ ਸਿਆਸੀ, ਧਾਰਮਿਕ ਅਤੇ ਸਮਾਜਿਕ ਹਰ ਫਰੰਟ 'ਤੇ ਹੈ। ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿੱਚ ਬੜੇ ਉਤਰਾਅ ਚੜ੍ਹਾਅ ਆਏ, ਪਰ ਅਜਿਹੀ ਹਾਲਤ ਪਹਿਲੀ ਵਾਰ ਹੋਈ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਜਿਹੜੀ ਧਾਰਮਿਕ ਧਰਾਤਲ ਦੇ ਉੱਤੇ ਸਿਆਸਤ ਕਰਦਾ ਹੈ, ਉਹੀ ਧਰਾਤਲ ਹੁਣ ਇਹਨਾਂ ਨੂੰ ਖਿਸਕਦੀ ਨਜ਼ਰ ਆ ਰਹੀ ਹੈ। ਦੂਜੇ ਪਾਸੇ ਜੋ ਬਹੁਤ ਵੱਡੀ ਖਬਰ ਆਈ ਹੈ ਉਹ ਹੈ ਪਰਮਜੀਤ ਸਿੰਘ ਸਰਨਾ ਦੇ ਹਵਾਲੇ ਨਾਲ। ਪਰਮਜੀਤ ਸਿੰਘ ਸਰਨਾ ਜਿਹੜੇ ਕਿ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਨੇ, ਉਹਨਾਂ ਨੇ ਫੇਸਬੁੱਕ ਦੇ ਉੱਤੇ ਲਾਈਵ ਹੋ ਕੇ ਮਨਜੀਤ ਸਿੰਘ ਜੀਕੇ ਦੇ ਉੱਤੇ ਦੋਸ਼ਾਂ ਦੀ ਵਾਛੜ ਕਰ ਦਿੱਤੀ ਹੈ। ਇਸ ਤੋਂ ਬਾਅਦ ਕਮੇਟੀ ਦੇ ਹੀ ਮੈਂਬਰ ਗੁਰਮੀਤ ਸਿੰਘ ਸ਼ੰਟੀ ਨੇ ਵੀ ਵੱਡੇ ਖੁਲਾਸੇ ਕੀਤੇ ਨੇ। ਸ਼ੰਟੀ ਨੇ ਦਸਤਾਵੇਜ਼ ਪੇਸ਼ ਕਰਕੇ ਕਿਹਾ ਕਿ ਜੀਕੇ ਨੇ ਆਪਣੀ ਧੀ ਅਤੇ ਜਵਾਈ ਨੂੰ ਕਮੇਟੀ ਦੇ ਮੁਲਾਜ਼ਮਾਂ ਦੇ ਕੱਪੜਿਆਂ ਵਾਸਤੇ 4,43,000 ਰੁਪਈਏ ਦੇ ਆਰਡਰ ਦਿੱਤੇ ਸਨ। ਉਸ ਕੰਪਨੀ ਦਾ ਪਤਾ ਮਨਜੀਤ ਸਿੰਘ ਜੀਕੇ ਦੇ ਘਰ ਦਾ ਲਿਖਿਆ ਹੋਇਆ, ਜਦਕਿ ਗੁਰਦੁਆਰਾ ਕਮੇਟੀ ਦੇ ਐਕਟ ਮੁਤਾਬਕ ਆਪਣੇ ਰਿਸ਼ਤੇਦਾਰਾਂ ਨਾਲ ਕਿਸੇ ਤਰ੍ਹਾਂ ਦਾ ਸੌਦਾ ਨਹੀਂ ਕੀਤਾ ਜਾ ਸਕਦਾ। ਸ਼ੰਟੀ ਨੇ ਇਲਜ਼ਾਮ ਲਾਇਆ ਕਿ ਸਕੂਲਾਂ ਲਈ ਵੀ ਫਰਜ਼ੀ ਬਿੱਲ ਲਾਏ ਗਏ ਨੇ। ਉਹਨਾਂ ਨੇ ਕਿਹਾ ਕਿ ਸ਼੍ਰੀ ਹਰਕ੍ਰਿਸ਼ਨ ਪਬਲਿਕ ਸਕੂਲ ਦੀਆਂ 82,000 ਕਿਤਾਬਾਂ ਛਾਪਣ ਲਈ ਆਰਡਰ ਦਿੱਤੇ ਗਏ, ਜਦਕਿ ਸਕੂਲ ਵਿੱਚ ਇੰਨੇ ਬੱਚੇ ਹੀ ਨੇ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ 30 ਜੂਨ 2016 ਨੂੰ ਵਿਦੇਸ਼ ਤੋਂ 51 ਲੱਖ ਦਾ ਦਾਨ ਆਇਆ ਸੀ, ਜੋ ਉਸੇ ਦਿਨ ਦਿੱਲੀ ਕਮੇਟੀ ਦੇ ਗੁਰਦੁਆਰਾ ਸਾਹਿਬ 'ਚੋਂ 51 ਲੱਖ ਰੁਪਏ ਦਾ ਕੈਸ਼ ਕੱਢਿਆ ਗਿਆ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਮਨਜੀਤ ਸਿੰਘ ਜੀਕੇ ਅਤੇ ਸੁਖਬੀਰ ਸਿੰਘ ਬਾਦਲ ਦੀ ਚੰਗੀ ਬਣਦੀ ਹੋਣ ਬਾਬਤ ਖਬਰਾਂ ਬਹੁਤ ਵਾਰ ਸੁਣੀਆਂ। ਇਹ ਚੰਗੀ ਬਣਦੀ ਹੋਣ ਦਾ ਹੀ ਨਤੀਜਾ ਹੁਣ ਤੱਕ ਰਿਹਾ ਕਿ ਮਨਜੀਤ ਸਿੰਘ ਜੀਕੇ ਨੂੰ ਦਿੱਲੀ ਕਮੇਟੀ ਦਾ ਪ੍ਰਧਾਨ ਵੀ ਥਾਪ ਦਿੱਤਾ, ਕਿਉਂਕਿ ਮਨਜਿੰਦਰ ਸਿੰਘ ਸਿਰਸਾ ਅਤੇ ਮਨਜੀਤ ਸਿੰਘ ਜੀਕੇ ਦੋ ਹੀ ਦਿੱਲੀ ਦੇ ਇਹੋ ਜਿਹੇ ਨੇਤਾ ਜਿਹੜੇ ਸੁਖਬੀਰ ਬਾਦਲ ਦੇ ਖਾਸਮ ਖਾਸ ਲੋਕਾਂ ਦੇ ਵਿੱਚੋਂ ਮੰਨੇ ਜਾ ਸਕਦੇ ਆ। ਪਰ ਮਨਜੀਤ ਸਿੰਘ ਹੋਰਾਂ ਦੇ ਮਨ ਦੇ ਵਿੱਚ ਵੀ ਕੋਈ ਚੀਜ਼ ਹੈ, ਉਹ ਵੀ ਅੰਦਰੋਂ ਭਰੇ ਪੀਤੇ ਬੈਠੇ ਆ। ਇਹ ਅੱਜ ਸਵੇਰ ਦੇ ਵੇਲੇ ਪਤਾ ਲੱਗਾ, ਸਵੇਰ ਤੋਂ ਪਹਿਲਾਂ ਕਿਸੇ ਨੂੰ ਇਹਦੇ ਮੁਤੱਲਕ ਇੱਕ ਪੈਸੇ ਦੀ ਖਬਰ ਨਹੀਂ ਸੀ। ਉੱਦਾਂ ਅੰਦਰ ਖਾਤੇ ਘੁਸਰ ਮੁਸਰ ਜੀ ਹੁੰਦੀ ਰਹਿੰਦੀ ਸੀ ਕਿ ਬਾਹਰੋਂ ਆ ਕੇ ਜਦੋਂ ਯੂਬਾ ਸਿਟੀ ਦੇ ਵੱਲੋਂ ਅਮਰੀਕਾ ਦੇ ਵੱਲੋਂ ਜੀਕੇ ਹੋਰੀ ਆਏ ਆ, ਉਹ ਚੁੱਪ ਗੜੁੱਪ ਜੇ ਬੈਠੇ ਆ, ਉਹਨਾਂ ਦੀ ਸਿਹਤ ਨਹੀਂ ਠੀਕ, ਉਹ ਕਿਸੇ ਨਾਲੋਂ ਨਾਰਾਜ਼ ਹੈ, ਉਹਨਾਂ ਨੂੰ ਜੋ ਜੋ ਕੁਝ ਹੋਇਆ ਬਾਹਰ ਉਹਨਾਂ ਦੇ ਨਾਲ ਉਹਦਾ ਕਾਫੀ ਗਮ ਹੈ, ਉਹਦਾ ਕੋਈ ਝੋਰਾ ਕੀ ਹੋਇਆ ਇਹਦੇ ਪਿੱਛੇ ਕਾਰਨ। ਪਰ ਅੱਜ ਜਦੋਂ ਸਾਰੀ ਕਹਾਣੀ ਸਪਸ਼ਟ ਹੋ ਗਈ, ਉਸ ਤੋਂ ਬਾਅਦ ਮੀਡੀਆ ਦੇ ਵਿੱਚ ਜੰਗਲ ਦੀ ਅੱਗ ਵਾਂਗੂ ਖਬਰ ਫੈਲੀ ਹੈ। ਪਰ ਬਾਅਦ ਦੇ ਵਿੱਚ ਜੀਕੇ ਹੋਰਾਂ ਨੇ ਇਹਦੇ ਉੱਤੇ ਪੋਚਾ ਫੇਰ ਦਿੱਤਾ। ਉਹ ਕਹਿੰਦੇ ਜੀ ਮੈਂ ਕੋਈ ਅਸਤੀਫਾ ਨਹੀਂ ਦਿੱਤਾ, ਇਹ ਤਾਂ ਮੈਂ ਢਿੱਲਾ ਮੱਠਾਂ, ਮੈਨੂੰ ਥੋੜ੍ਹੇ ਜਿਹੇ ਕੰਮ ਕਾਜ ਹੈਗੇ ਆਪਣੇ ਪਰਿਵਾਰਕ ਰੁਝੇਵੇਂ ਜਦੋਂ ਵੀ ਹੁੰਦੇ ਆ, ਮੈਂ ਹਰਮੀਤ ਸਿੰਘ ਹੋਰਾਂ ਨੂੰ ਅਹੁਦਾ ਆਪਣਾ ਸੌਂਪ ਆਉਂਦਾ ਹੁੰਦਾ, ਅਤੇ ਵੈਸੇ ਪਾਰਟੀ ਦੇ ਵਿੱਚ ਸਾਰਾ ਕੁਝ ਸਹੀ ਨਹੀਂ ਹੈਗਾ, ਅਤੇ ਪੁਰਾਣੇ ਅਤੇ ਨਵੇਂ ਪੂਰ ਦੇ ਨੇਤਾ ਨੇ ਜਿਹੜੇ ਇਹਨਾਂ ਦੇ ਵਿੱਚ ਤਾਲਮੇਲ ਜੇਕਰ ਸਹੀ ਨਾ ਬੈਠਿਆ ਤਾਂ ਫਿਰ ਭਿਆਨਕ ਸਿੱਟੇ ਨਿਕਲਣਗੇ। ਪਰ ਇਹ ਗੱਲ ਉਹਨਾਂ ਨੇ ਹੋਣੀ ਕਿਉਂ ਕਹੀ? ਜਦੋਂ ਉਹ ਇਹ ਗੱਲ ਕਹਿ ਰਹੇ ਆ ਕਿ ਮੈਂ ਅਸਤੀਫਾ ਨਹੀਂ ਦਿੱਤਾ, ਤਾਂ ਫਿਰ ਇਹ ਗੱਲਾਂ ਕਰਨ ਦੀ ਤੁੱਕ ਨਹੀਂ ਬਣਦੀ, ਮਤਲਬ ਇਹ ਆ ਵੀ ਤੁਹਾਨੂੰ ਨਾਰਾਜ਼ਗੀ ਕੋਈ ਨਹੀਂ। ਅਤੇ ਜੇਕਰ ਤੁਹਾਡੇ ਅੰਦਰ ਨਾਰਾਜ਼ਗੀ ਹੈ ਤਾਂ ਫਿਰ ਅਸਤੀਫੇ ਵਾਲੀ ਗੱਲ ਦੇ ਉੱਤੇ ਪਰਦਾ ਕਿਉਂ ਪਾਉਂਦੇ ਆ? ਉਹ ਆਪਣੇ ਤਰੀਕੇ ਦੇ ਨਾਲ ਗੱਲ ਗੋਲ ਮੋਲ ਕਰ ਰਹੇ ਆ ਵੀ ਉਧਰਲਾ ਪੱਖ ਵੀ ਰੱਖ ਲਈਏ ਅਤੇ ਇੱਧਰਲਾ ਪੱਖ ਵੀ ਰੱਖ ਲਈਏ, ਅੱਧ ਵਿਚਾਲੇ ਜੇ ਫਸੇ ਆ, ਸਪਸ਼ਟ ਗੱਲ ਕੋਈ ਕਰਦੇ ਨਹੀਂ। ਪਰ ਜਿਹੜੀਆਂ ਗੱਲਾਂ ਅੱਜ ਪਰਮਜੀਤ ਸਿੰਘ ਸਰਨਾ ਨੇ ਅਤੇ ਸ਼ੰਟੀ ਹੋਰਾਂ ਨੇ ਕੀਤੀਆਂ ਉਹ ਸੱਚੀ ਮੁੱਚੀ ਬੜੀਆਂ ਖਤਰਨਾਕ ਵੀ ਹੈ, ਅਤੇ ਜੇਕਰ ਉਹ ਸੱਚ ਹੈ ਫਿਰ ਤਾਂ ਇਹਦੇ ਨਾਲੋਂ ਮਾੜੀ ਗੱਲ ਕੋਈ ਨਹੀਂ। ਫਿਰ ਤਾਂ ਬਣਦੀ ਕਾਰਵਾਈ ਵੀ ਹੋਣੀ ਚਾਹੀਦੀ ਹੈ ਜੀਕੇ ਹੋਰਾਂ ਦੇ ਉੱਤੇ ਅਤੇ ਦਿੱਲੀ ਕਮੇਟੀ ਦੇ ਬਾਕੀ ਮੈਂਬਰਾਂ ਦੇ ਉੱਤੇ ਵੀ। ਪਰ ਜੇਕਰ ਇਹ ਗੱਲਾਂ ਦੋਸ਼ ਦੇ ਰੂਪ ਦੇ ਵਿੱਚ ਹੀ ਹੈ ਤਾਂ ਫਿਰ ਦੋਸ਼ ਲਾਉਣ ਵਾਲਿਆਂ ਦੇ ਉੱਤੇ ਮਾਣਹਾਨੀ ਦਾ ਕੇਸ ਦਰਜ ਹੋਣਾ ਚਾਹੀਦਾ। ਅੱਜ ਤੱਕ ਕਈਆਂ ਦੇ ਉੱਤੇ ਹੋਏ ਵੀ ਹੈ ਕੇਸ ਦਰਜ, ਕਈਆਂ ਦੇ ਉੱਤੇ ਨਹੀਂ ਵੀ ਹੋਏ। ਜਿਹੜੀ ਅਸੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਉਹਦੇ ਵਿੱਚ ਦੋਸ਼ ਲੱਗਾ ਕਿ 4,43,000 ਰੁਪਈਏ ਦਾ ਕੱਪੜਿਆਂ ਦਾ ਆਰਡਰ ਹੈ ਜਿਹੜਾ
ਆਪਣੇ ਟੱਬਰ ਨੂੰ ਆਪਣੇ ਘਰ ਦੇ ਪਤੇ ਟਿਕਾਣੇ ਦੇ ਉੱਤੇ ਜੀਕੇ ਨੇ ਦਿੱਤਾ। ਹੁਣ ਇਹਦੇ ਮੁਤਲਕ ਜੀਕੇ ਹੋਰੀ ਕੀ ਕਾਰਵਾਈ ਕਰਨਗੇ ਤਾਂ ਵਕਤ ਦੱਸੂਗਾ, ਪਰ ਅਕਾਲੀ ਦਲ ਦੇ ਨਾਲ ਜੋ ਜੋ ਕੁਝ ਹੋ ਰਿਹਾ, ਭਾਵੇਂ ਉਹ ਡਰਾਮੇਬਾਜ਼ੀ ਦੇ ਰੂਪ ਦੇ ਵਿੱਚ ਹੋਵੇ, ਭਾਵੇਂ ਸਿਰਫ ਅਤੇ ਸਿਰਫ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲੁਹਾਉਣ ਦੇ ਲਈ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ, ਅਤੇ ਭਾਵੇਂ ਇਹ ਸਾਰਾ ਕੁਝ ਇਸ ਕਰਕੇ ਹੋ ਰਿਹਾ ਹੋਵੇ ਕਿ ਬਾਦਲ ਪਰਿਵਾਰ ਦੇ ਚੁੰਗਲ ਦੇ ਵਿੱਚੋਂ ਅਕਾਲੀ ਦਲ ਨੂੰ ਕੱਢਿਆ ਜਾਵੇ, ਅਕਾਲੀ ਦਲ ਬੱਬਾ ਬ੍ਰੈਕਟ ਦੇ ਵਿੱਚ ਰਹਿ ਜੇ, ਪਰ ਉੱਦਾਂ ਇਹਦੇ ਵਿੱਚ ਸਾਰਿਆਂ ਦੀ ਹਿੱਸੇਬੰਦੀ ਹੋਵੇ, ਉੱਦਾਂ ਇਹਦੇ ਵਿੱਚ ਸਭ ਦਾ ਮਾਣ ਸਤਿਕਾਰ ਬਰਾਬਰ ਦਾ ਹੋਵੇ, ਸਿਰਫ 5-4 ਲੋਕਾਂ ਦੇ ਆਧਾਰ ਦੇ ਉੱਤੇ ਅਕਾਲੀ ਦਲ ਬਾਦਲ ਨਾ ਚੱਲੀ ਜਾਵੇ, ਜਾਂ ਤਾਂ ਇਹ ਸੋਚ ਹੋਊਗੀ, ਅਤੇ ਜਾਂ ਫਿਰ ਮਨੁੱਖ ਹੋਣ ਦਾ ਫਰਜ਼ ਅਦਾ ਸ਼ਾਇਦ ਹੀ ਅਦਾ ਕਰਦੇ ਹੋਣ ਕਿ ਜੀ ਸਾਡੇ ਮਨ ਦੇ ਉੱਤੇ ਪੀੜਤਾ ਹੈ, ਬੇਅਦਬੀ ਕਾਂਡ ਜਿਹੜਾ ਉਹ ਸਾਨੂੰ ਤੰਗ ਤਾਂ ਕਰਦਾ ਅੰਦਰੋਂ ਅੰਦਰੀ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਪਰ ਪਹਿਲਾਂ ਲੈਂਦੇ ਛੋਟੀ ਜਿਹੀ ਬ੍ਰੇਕ। ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ। ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ। ਬੰਦਾ ਕਈ ਵਾਰ ਅਣਜਾਣ ਪੁਣੇ ਦੇ ਵਿੱਚ ਹੁੰਦਾ ਅਤੇ ਕਈ ਵਾਰ ਜਾਣਬੁੱਝ ਕੇ ਅਣਜਾਣ ਬਣਦਾ। ਵੱਡੇ ਬਾਦਲ ਸਾਹਿਬ ਦਿੱਲੀ ਦੇ ਵਿੱਚ ਗਏ, ਜਿਸ ਤਰੀਕੇ ਦੇ ਨਾਲ ਉਹ 93 ਵਰਿਆਂ ਦੇ ਹੋਣ ਦੇ ਬਾਵਜੂਦ ਅੱਜ ਕੱਲ੍ਹ 30-35 ਜਾਂ 39 ਵਰਿਆਂ ਦੇ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਖੁਦ ਨੂੰ, ਉਹਦੇ ਉੱਤੇ ਲੋਕ ਹੈਰਾਨ ਵੀ ਹੈ ਕਿ ਇਹ ਪੁੱਤ ਦੀ ਕੁਰਸੀ ਬਚਾਉਣ ਦੇ ਲਈ ਸਾਰਾ ਕੁਝ ਹੈ। ਇਸ ਉਮਰ ਦੇ ਵਿੱਚ, ਉਮਰ ਦੇ ਇਸ ਪੜਾਅ ਦੇ ਉੱਤੇ ਅਕਾਲੀ ਦਲ ਨੂੰ ਇੱਕਜੁੱਟ ਰੱਖਣ ਦਾ ਉਹਨਾਂ ਦਾ ਇਹ ਆਖਰੀ ਹੰਭਲਾ, ਜਾਂ ਇਹਦੇ ਪਿੱਛੇ ਕੋਈ ਹੋਰ ਵਜ੍ਹਾ? ਕਿਉਂਕਿ ਉਹਨਾਂ ਨੂੰ ਡਾਕਟਰਾਂ ਨੇ ਕਿਹਾ ਸੀ ਕਿ ਭਾਈ ਤੁਸੀਂ ਢਿੱਲੇ ਮੱਠੇ ਹੋ, ਹੁਣ ਇਸ ਉਮਰ ਦੇ ਵਿੱਚ ਭੱਜ ਨੱਠ ਕਰਨੀ ਨਹੀਂ, ਅਤੇ 1.5 ਵਰ੍ਹੇ ਦੇ ਵਿੱਚ ਅਸੀਂ ਬਾਦਲ ਸਾਹਿਬ ਨੂੰ ਸਿਰਫ ਅਤੇ ਸਿਰਫ ਲੰਬੀ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਕਦੇ ਕਦਾਈ ਸਰਗਰਮ ਹੁੰਦੇ ਦੇਖਿਆ, ਪਰ ਜਿਵੇਂ ਉਹਨਾਂ ਨੇ ਭਲਵਾਨੀ ਗੇੜੇ 7 ਤਰੀਕ ਦੀ ਰੈਲੀ ਤੋਂ ਪਹਿਲਾਂ ਲੋਕਾਂ ਨੂੰ ਲਾਮਬੰਦ ਕਰਨ ਲਈ ਕੱਢੇ, ਉਹਦੇ ਕਰਕੇ ਹੈਰਾਨੀ ਪੈਦਾ ਹੋਣੀ ਕੁਦਰਤੀ ਸੀ। ਅੱਜ ਵੱਡੇ ਬਾਦਲ ਸਾਹਿਬ ਗਏ ਸੀ ਦਿੱਲੀ, ਪੱਤਰਕਾਰਾਂ ਨੇ ਇਹਨਾਂ ਨੂੰ ਸਵਾਲ ਕੀਤਾ ਕਿ ਅਕਾਲੀ ਦਲ ਦੇ ਵਿੱਚ ਸੰਕਟ ਬੜਾ ਪੈਦਾ ਹੋਇਆ, ਕੀ ਕਹਿਣਾ ਚਾਹੋਗੇ? ਕਹਿੰਦੇ ਵੀ ਮੈਨੂੰ ਤਾਂ ਚੇਤਾ ਨਹੀਂ, ਕਿਹੜੇ ਸੰਕਟ ਦੀ ਗੱਲ ਕਰਦੇ ਤੁਸੀਂ? ਸਾਡੀ ਪਾਰਟੀ ਦੇ ਉੱਤੇ ਕਾਹਦਾ ਸੰਕਟ ਹੋਣਾ? ਅਸੀਂ ਤਾਂ ਬਿਲਕੁਲ ਇਕੱਠੇ ਰਹਿੰਦੇ ਹਾਂ, ਭਾਈਚਾਰੇ ਦੇ ਵਿੱਚ ਰਹਿੰਦੇ ਹਾਂ। ਯਾਨੀ ਕਿ ਇੰਨੀ ਕੁ ਅਣਜਾਣਤਾ ਦਾ ਪ੍ਰਗਟਾਵਾ ਉਹਨਾਂ ਨੇ ਕੀਤਾ ਵੀ ਪੱਤਰਕਾਰ ਵੀ ਦੰਗ ਰਹਿ ਗਏ। ਉਹ ਮੰਨ ਗਏ ਇਸ ਗੱਲ ਨੂੰ ਕਿ 5 ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਐਵੇਂ ਨਹੀਂ ਬਣੇ, ਇਹਨਾਂ ਦੇ ਕੋਲ ਉਮਰਾਂ ਦਾ ਤਜਰਬਾ, ਇਹ ਗੱਲ ਨੂੰ ਘੁਮਾਉਣੀ ਜਾਣਦੇ ਆ, ਇਹ ਅਣਜਾਣਪੁਣਾ ਵੀ ਸਾਬਤ ਕਰਨਾ ਜਾਣਦੇ ਆ। ਜੇ ਸੰਕਟ ਨਾ ਹੁੰਦਾ ਤਾਂ ਫਿਰ ਇਹਨਾਂ ਨੇ ਵੱਖ ਵੱਖ ਵਸੀਲੇ, ਵੱਖ ਵੱਖ ਹੀਲੇ ਨਹੀਂ ਸੀ ਵਰਤਣੇ ਰੁੱਸਿਆਂ ਨੂੰ ਮਨਾਉਣ ਦੇ ਲਈ। ਜੇ ਸੰਕਟ ਨਾ ਹੁੰਦਾ ਤਾਂ ਫਿਰ ਪੁੱਤ ਨੂੰ ਅਤੇ ਬਾਕੀ ਟੱਬਰ ਦੇ ਕਈ ਜੀਆਂ ਨੂੰ ਅਵਤਾਰ ਸਿੰਘ ਮੱਕੜ ਦੇ ਘਰ ਲੁਧਿਆਣੇ ਨਹੀਂ ਸੀ ਭੇਜਣਾ। ਜੇ ਸੰਕਟ ਨਾ ਹੁੰਦਾ ਤਾਂ ਪਟਿਆਲੇ ਵਾਲੀ ਰੈਲੀ ਦੇ ਵਿੱਚ 7 ਤਰੀਕ ਨੂੰ ਇਹਨਾਂ ਨੇ ਕਿਰਪਾਲ ਸਿੰਘ ਬਡੂੰਗਰ ਨੂੰ ਅਤੇ ਕੁਝ ਕੁ ਹੋਰ ਨੇਤਾਵਾਂ ਨੂੰ ਇਹ ਨਹੀਂ ਸੀ ਗੱਲ ਕਹਿਣੀ ਵੀ ਤੁਸੀਂ ਟਕਸਾਲੀਆਂ ਦੀਆਂ ਸੂਚੀਆਂ ਬਣਾਓ, ਆਪਾਂ ਉਹਨਾਂ ਦਾ ਵੱਖ ਵੱਖ ਥਾਵਾਂ ਦੇ ਉੱਤੇ ਜਾ ਕੇ ਸਨਮਾਨ ਕਰਨਾ। ਅਤੇ ਜੇਕਰ ਸੰਕਟ ਨਾ ਹੁੰਦਾ ਤਾਂ ਫਿਰ ਰਾਮਪੁਰਾ ਫੂਲ ਦੀ ਰੈਲੀ ਦੇ ਵਿੱਚ ਜੋ ਜੋ ਕੁਝ ਇਹਨਾਂ ਨੇ ਕਿਹਾ, ਜਿਹੜੀ ਕਿ ਵੀਡੀਓ ਵਾਇਰਲ ਹੋ ਗਈ ਸੀ ਕਿ ਭਾਈ ਐਤਕੀ ਆਪਣੀ ਇੱਜ਼ਤ ਦਾ ਸਵਾਲ ਹੈ, ਭਾਵੇਂ ਤੁਸੀਂ ਬੱਸਾਂ 'ਤੇ ਆਇਓ ਅਤੇ ਭਾਵੇਂ ਆਇਓ ਪਟਿਆਲੇ ਦੇ ਵਿੱਚ ਮੋਟਰਸਾਈਕਲਾਂ 'ਤੇ ਚੜ੍ਹ ਕੇ, ਆ ਜਿਓ ਬੱਸ 'ਤੇ ਇੱਕ ਬੰਦਾ 5-5 ਬੰਦੇ ਨਾਲ ਲੈ ਕੇ ਆਇਓ, ਇਹ ਵੀ ਤੁਹਾਨੂੰ ਸੌਂ ਹੀ ਆ। ਯਾਨੀ ਕਿ ਬਾਦਲ ਸਾਹਿਬ ਨੂੰ ਪਤਾ ਸਾਰਾ ਕੁਝ ਹੀ ਹੈ, ਪਰ ਉਹ ਅੱਜ ਮੰਨੇ ਨਹੀਂ। ਅਤੇ ਵੇਰਵਾ ਇਸ ਰਿਪੋਰਟ ਦਾ ਇਸ ਤਰੀਕੇ ਨਾਲ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਨਾਰਾਜ਼ਗੀ ਬਾਰੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕੱਖ ਵੀ ਨਹੀਂ ਪਤਾ। ਮੀਡੀਆ ਵਿੱਚ ਚਰਚਾ ਹੋਣ ਦੇ ਬਾਵਜੂਦ ਦਿੱਲੀ ਦੇ ਵਿੱਚ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਕਿਸੇ ਗੱਲ ਦੀ ਕੋਈ ਜਾਣਕਾਰੀ ਨਹੀਂ। ਬਾਦਲ ਇਸ ਵੇਲੇ ਸਿਆਸਤ ਵਿੱਚ ਪੂਰੀ ਤਰ੍ਹਾਂ ਸਰਗਰਮ ਨੇ, ਇਸ ਦੇ ਬਾਵਜੂਦ ਉਹਨਾਂ ਦਾ ਇਹ ਬਿਆਨ ਕਈ ਸਵਾਲ ਖੜ੍ਹੇ ਕਰ ਜਾਂਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਦੂਜੇ ਪਾਸੇ ਅਕਾਲੀ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜੀਕੇ ਦੀ ਪਾਰਟੀ ਨਾਲ ਕੁਝ ਨਾਰਾਜ਼ਗੀ ਹੈ। ਉਹਨਾਂ ਨੇ ਕਿਹਾ ਕਿ ਇਹ ਨਾਰਾਜ਼ਗੀ ਮਿਲ ਬੈਠ ਕੇ ਦੂਰ ਕਰ ਲਈ ਜਾਏਗੀ। ਚੰਦੂਮਾਜਰਾ ਮੰਨ ਰਹੇ ਨੇ ਕਿ ਕੁਝ ਗੜਬੜ ਤਾਂ ਹੈ, ਪਰ ਬਾਦਲ ਇਸ ਬਾਰੇ ਜਾਣਕਾਰੀ ਹੀ ਨਾ ਹੋਣ ਦਾ ਬਹਾਨਾ ਬਣਾ ਰਹੇ ਨੇ। ਯਾਦ ਰਹੇ ਕਿ ਜੀਕੇ ਦੇ ਅਸਤੀਫੇ ਦੀ ਖਬਰ ਸਵੇਰ ਦੇ ਵੇਲੇ ਆਈ ਸੀ, ਅਤੇ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਹਰਮੀਤ ਸਿੰਘ ਕਾਲਕਾ, ਜਿਹੜੇ ਕਿ ਸੀਨੀਅਰ ਮੀਤ ਪ੍ਰਧਾਨ ਨੇ ਦਿੱਲੀ ਕਮੇਟੀ ਦੇ, ਉਹਨਾਂ ਨੂੰ ਆਪਣਾ ਕਾਰਜਭਾਗ ਸੌਂਪਿਆ ਪਰ ਅਸਤੀਫਾ ਨਹੀਂ ਦਿੱਤਾ। ਅਤੇ ਇਹਦੇ ਮੁਤਲਕ ਇਹ ਵੀ ਖਬਰ ਆਈ ਹੈ ਕਿ ਜੀਕੇ ਹੋਰੀ ਪਿਛਲੇ ਕਈ ਦਿਨਾਂ ਤੋਂ ਆਪਣੇ ਦਫ਼ਤਰ ਦੇ ਵਿੱਚ ਵੀ ਨਹੀਂ ਪਹੁੰਚ ਰਹੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਜਿਸ ਤਰੀਕੇ ਦੇ ਨਾਲ ਬਾਦਲ ਸਾਹਿਬ ਨੇ ਅਣਜਾਣਤਾ ਜ਼ਾਹਰ ਕੀਤੀ ਹੈ, ਇਹਨਾਂ ਦੇ ਇਸ ਅੰਦਾਜ਼ ਦੇ ਉੱਤੇ ਬਹੁਤ ਕੁਝ ਕਿਹਾ ਜਾ ਸਕਦਾ ਹੈ। ਬਾਦਲ ਸਾਹਿਬ ਨੇ ਹਰ ਸੰਕਟ ਦੀ ਘੜੀ ਦੇ ਵਿੱਚ ਅਕਾਲੀ ਦਲ ਨੂੰ ਘੁਮਾਇਆ ਵੀ ਹੈ, ਬਚਾਇਆ ਵੀ ਹੈ, ਵਿਰੋਧੀਆਂ ਨੂੰ ਵੀ ਘੁਮਾਇਆ ਅਤੇ ਪਰੇਸ਼ਾਨੀ ਦੇ ਸਾਗਰ ਦੇ ਵਿੱਚ ਪਾਇਆ ਵੀ ਹੈ। ਇਹ ਬਾਦਲ ਹੋਰਾਂ ਦੇ ਕਰਕੇ ਹੀ ਆ ਕਿ ਅਕਾਲੀ ਦਲ ਦੀ ਰੈਲੀ ਦੇ ਵਿੱਚ ਉਸ ਵਕਤ ਵੀ ਕਾਫੀ ਲੋਕ ਗਏ। ਇਹ ਨਹੀਂ ਕਹਿੰਦੇ ਵੀ ਰਿਕਾਰਡ ਤੋੜ ਗਏ ਜਿਵੇਂ ਅਕਾਲੀ ਕਹਿੰਦੇ ਆ,
ਪਰ ਕਾਫੀ ਲੋਕ ਗਏ, ਉਹ ਵੱਖੋ ਵੱਖਰੇ ਕਾਰਨਾਂ ਕਰਕੇ ਗਏ ਆ, ਕਿਸੇ ਨੂੰ ਕੋਈ ਗਾਉਂ ਸੀ, ਕਿਸੇ ਨੂੰ ਕੋਈ ਲਾਲਚ ਸੀ, ਪਰ ਵੱਡੇ ਬਾਦਲ ਹੋਰਾਂ ਦੇ ਕਰਕੇ ਕਈ ਮਸਲੇ ਢੱਕੇ ਜਾਂਦੇ ਆ। ਲੋਕ ਤਾਂ ਇਹ ਵੀ ਗੱਲ ਕਹਿੰਦੇ ਆ, ਅਕਾਲੀ ਦਲ ਦੇ ਕਈ ਸੀਨੀਅਰ ਨੇਤਾ ਇਹ ਵੀ ਕਹਿੰਦੇ ਆ ਵੀ ਸੁਖਬੀਰ ਸਿੰਘ ਬਾਦਲ ਨੂੰ ਵੀ ਆਪਣੇ ਪਿਤਾ ਦੇ ਪੈਰ ਚਿੰਨ੍ਹਾਂ ਦੇ ਉੱਤੇ ਚੜ੍ਹਨਾ ਚਾਹੀਦਾ ਹੈ। ਮਸਲੇ ਨੂੰ ਉਲਝਾਉਣ ਦੀ ਥਾਂ ਦੇ ਉੱਤੇ ਸੁਲਝਾਉਣ ਦੇ ਲਈ ਕੁਝ ਨਾ ਕੁਝ ਕਰਨਾ ਚਾਹੀਦਾ, ਇਹ ਗੁਰ ਸਿੱਖ ਲੈਣੇ ਚਾਹੀਦੇ ਆ। ਹੁਣ ਮੌਕਾ ਹੀ ਆ, ਬਾਅਦ ਦੇ ਵਿੱਚ ਮੌਕਾ ਮਿਲਣਾ ਨਹੀਂ। ਪਰ ਜਿਸ ਤਰੀਕੇ ਨਾਲ ਬਾਦਲ ਸਾਹਿਬ ਨੇ ਅੱਜ ਪੱਤਰਕਾਰਾਂ ਨੂੰ ਘੁਮਾਤਾ, ਇਹ ਵੀ ਹੈਰਾਨੀ ਵਾਲੀ ਗੱਲ ਹੈ। ਉਹ ਕਹਿੰਦੇ ਜੀ ਮੈਨੂੰ ਕੀ ਪਤਾ ਮਨਜੀਤ ਸਿੰਘ ਜੀਕੇ ਨੇ ਕੀ ਕੀਤਾ, ਮੈਂ ਦਿੱਲੀ ਦੇ ਵਿੱਚ ਬੈਠਾ। ਜਦਕਿ ਦਿੱਲੀ ਤੋਂ ਹੀ ਅਸਤੀਫੇ ਦੀ ਖਬਰ ਆਈ ਹੈ। ਮਨਜੀਤ ਸਿੰਘ ਜੀਕੇ ਕਿਹੜਾ ਅਨੰਦਪੁਰ ਸਾਹਿਬ ਰਹਿੰਦੇ ਆ, ਉਹ ਦਿੱਲੀ ਕਮੇਟੀ ਦੇ ਪ੍ਰਧਾਨ ਆ। ਉਹ ਪਿਛਲੇ ਕਈ ਦਿਨਾਂ ਤੋਂ ਆਪਣੇ ਦਫ਼ਤਰ ਦੇ ਵਿੱਚ ਨਹੀਂ ਜਾ ਰਹੇ ਦਿੱਲੀ ਵਾਲੇ ਦੇ ਵਿੱਚ। ਉਹਨਾਂ ਨੇ ਅਸਤੀਫਾ ਦਿੱਤਾ ਦਿੱਲੀ ਦੇ ਵਿੱਚ, ਚਰਚਾ ਛਿੜੀ ਪੰਜਾਬ ਅਤੇ ਦਿੱਲੀ ਦੇ ਵਿੱਚ, ਪਰ ਉਹ ਫਿਰ ਵੀ ਅਣਜਾਣ ਬਣ ਗਏ ਆ। ਸੋ ਅਕਾਲੀ ਦਲ ਦੇ ਲਈ ਸੱਚੀ ਮੁੱਚੀ ਇਹ ਸੰਕਟ ਦੇ ਬੱਦਲ ਤਾਂ ਹੈਗੇ ਆ। ਵੈਸੇ ਅਕਾਲੀ ਦਲ ਦੇ ਆਗੂ ਇਸ ਗੱਲ ਦਾ ਦਾਅਵਾ ਕਰਦੇ ਥੱਕਦੇ ਨਹੀਂ ਕਿ ਸਾਡੇ ਉੱਤੇ ਪਹਿਲਾਂ ਵੀ ਇਹੋ ਜਿਹੇ ਬੱਦਲ ਕਈ ਵਾਰ ਆਏ ਆ, ਇਸ ਤੋਂ ਵੀ ਗੂੜੇ ਕਈ ਵਾਰ ਸੰਘਣੇ ਬੱਦਲ ਆਏ ਆ, ਪਰ ਅਕਾਲੀ ਦਲ ਫਿਰ ਉੱਠ ਖਲੋਤਾ। ਹੁਣ ਤਾਂ ਅਕਾਲੀ ਇਹ ਵੀ ਕਹਿਣਾ ਸ਼ੁਰੂ ਕਰ ਚੁੱਕੇ ਆ ਕਿ ਡੇਢ ਪੌਣੇ ਦੋ ਵਰੇ ਤਾਂ ਲੰਘ ਗਏ ਆ, ਬਾਕੀ ਬਚੇ ਸਵਾ ਕੁ ਤਿੰਨ ਵਰੇ, ਦੇਖੋ ਚੁਟਕੀਆਂ ਦੇ ਨਾਲ ਹੀ ਇਹ ਨਿਕਲ ਜਾਣੇ ਆ। ਕਾਂਗਰਸ ਦੀ ਸਰਕਾਰ ਕਰਨੀ ਕੱਖ ਨਹੀਂ, ਸਾਡੀ ਸਰਕਾਰ ਆ ਜਾਣੀ ਆ, ਚੱਲਦੀ ਵੈਸੇ ਵੀ ਸਾਡੀ ਆ, ਹੁਣ ਫਰਕ ਕੋਈ ਬਹੁਤਾ ਹੈ ਨਹੀਂ, ਉਹ ਕਹਿੰਦੇ ਆ, ਪਰ ਜਦੋਂ ਸਾਡੀ ਸਰਕਾਰ ਆਈ ਫਿਰ ਦੇਖੋ ਕੀ ਬਣਦਾ। ਨਿੱਕੇ ਹੁੰਦਿਆਂ ਤੋਂ ਲੈ ਕੇ ਹੁਣ ਤੱਕ ਇਹ ਸੁਣਦੇ ਆਏ ਹਾਂ ਕਿ ਵਾਟਰਪਰੂਫ ਘੜੀਆਂ ਜਿਹੜੀਆਂ ਉਹ ਬੜੀਆਂ ਚੰਗੀਆਂ ਹੁੰਦੀਆਂ, ਉਹਨਾਂ ਦੇ ਉੱਤੇ ਪਾਣੀ ਦਾ ਅਸਰ ਨਹੀਂ ਹੁੰਦਾ, ਭਾਵੇਂ ਪਾਣੀ ਵਾਲੀ ਬਾਲਟੀ 'ਚ ਡਿੱਗ ਪਵੇ, ਭਾਵੇਂ ਖਾਲ ਦੇ ਵਿੱਚ ਡਿੱਗ ਪਵੇ, ਤੁਸੀਂ ਉਹਨੂੰ ਕੱਢ ਕੇ ਅਤੇ ਗੁੱਟ ਦੇ ਉੱਤੇ ਬੰਨ ਲਓ ਅਤੇ ਉਹਨਾਂ ਦੀਆਂ ਸੂਈਆਂ ਖੜਦੀਆਂ ਨਹੀਂ। ਪਰ ਜਦੋਂ ਵੱਡੇ ਹੋਏ ਇਸ ਪੜਾਅ ਤੱਕ ਪਹੁੰਚੇ ਹਾਂ ਤਾਂ ਪਤਾ ਲੱਗਾ ਕਿ ਕਈ ਬੰਦੇ ਵੀ ਬੇਇੱਜ਼ਤੀ ਪਰੂਫ ਹੁੰਦੇ ਆ, ਉਹਨਾਂ ਦੇ ਉੱਤੇ ਕਿਸੇ ਗੱਲ ਦਾ ਬੜਾ ਅਸਰ ਨਹੀਂ ਹੁੰਦਾ ਗਾ। ਉਹ ਮੌਕਾ ਦੇਖ ਕੇ ਦਾਜੇ ਦੀ ਗੱਲ ਕਰਦੇ ਆ ਵੀ ਹੁਣ ਫਲਾਣਾ ਪੱਖ ਠੀਕ ਆ ਆਪਾਂ ਉੱਧਰ ਹੋ ਜਾਂਦੇ ਹਾਂ, ਹੁਣ ਇੱਧਰਲਾ ਪੱਖ ਠੀਕ ਲੱਗਦਾ ਆਪਾਂ ਇੱਧਰ ਹੋ ਜਾਂਦੇ ਹਾਂ। ਕਹਿੰਦੇ ਵੀ ਇੱਕ ਵਾਰੀ ਕੋਈ ਸਰਪੰਚ ਸੀ ਅਤੇ ਉਸ ਸਰਪੰਚ ਦਾ ਕੋਈ ਬਹੁਤਾ ਅਸਰ ਰਸੂਖ ਨਹੀਂ ਸੀਗਾ, ਪਰ ਫਿਰ ਵੀ ਜਦੋਂ ਲੋਕ ਲੜਦੇ ਸੀ ਤਾਂ ਉਹਨੂੰ ਵਿਚਾਲੇ ਬਿਠਾਉਂਦੇ ਜ਼ਰੂਰ ਸੀ ਵੀ ਚਲੋ ਸਰਪੰਚ ਆ ਪਿੰਡ ਦਾ, ਉਹਨੇ ਕਦੇ ਵੀ ਕੋਈ ਸਟੈਂਡ ਵਾਲੀ ਗੱਲ ਨਹੀਂ ਸੀ ਕੀਤੀ, ਉਹ ਉੱਧਰਲਾ ਪੱਖ ਵੀ ਰੱਖ ਲੈਂਦਾ ਸੀ ਉੱਧਰਲਾ ਵੀ। ਮੁੰਡੇ ਕੁੜੀ ਦੀ ਲੜਾਈ ਸੀ, ਮੀਆਂ ਬੀਵੀ ਦੀ ਲੜਾਈ ਸੀ, ਪੰਚਾਇਤ ਪੂਰੀ ਬੈਠੀ ਅਤੇ ਸਰਪੰਚ ਨੂੰ ਕਹਿੰਦੇ ਵੀ ਦੱਸੋ ਹੁਣ ਤੁਹਾਨੂੰ ਕੀ ਲੱਗਦਾ ਸਾਰਾ ਕੁਝ, ਅਤੇ ਸਰਪੰਚ ਕਹਿੰਦਾ ਜੀ ਗਲਤ ਕੁੜੀ ਵਾਲੇ ਵੀ ਨਹੀਂ ਅਤੇ ਸਹੀ ਮੁੰਡੇ ਵਾਲੇ ਵੀ ਆ, ਮਤਲਬ ਉਹਨੇ ਉਹਦਾ ਪੱਖ ਵੀ ਰੱਖ ਲਿਆ ਉਹਦਾ ਵੀ ਰੱਖ ਲਿਆ। ਅਤੇ ਜਿਹੜੇ ਬਾਬਾ ਰਾਮਦੇਵ ਆ, ਹੁਣ ਤਾਂ ਇਹਨਾਂ ਨੂੰ ਲਾਲਾ ਰਾਮਦੇਵ ਕਹਿਣਾ ਬਣਦਾ, ਇਹਨਾਂ ਨੇ ਵੀ ਕਦੇ ਸਪਸ਼ਟ ਗੱਲ ਨਹੀਂ ਕੀਤੀ, ਜਦੋਂ ਕਰਦੇ ਸੀ ਉਦੋਂ ਵਪਾਰ ਦੀ ਨੀਤੀ ਨਾਲ ਕਰਦੇ ਸੀ ਅਤੇ ਹੁਣ ਜਦੋਂ ਬਦਲੇ ਆ ਤਾਂ ਇਹ ਵੀ ਵਪਾਰ ਦੀ ਨੀਤੀ ਨਾਲ ਹੀ ਬਦਲੇ ਜਾਪਦੇ ਆ। ਹੁਣ ਇਹ ਕਹਿੰਦੇ ਆ ਵੀ ਮਾੜੇ ਕੰਮ ਮੋਦੀ ਹੋਰਾਂ ਨੇ ਵੀ ਨਹੀਂ ਕੀਤੇ, ਪਰ ਚੰਗਾ ਰਾਹੁਲ ਵੀ ਆ, ਇਹ ਉਸ ਸਰਪੰਚ ਵਰਗੇ ਬਣ ਗਏ ਆ। ਵੈਸੇ ਪਿਛਲੇ ਕਾਫੀ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਰਾਮਦੇਵ ਦੇ ਤੇਵਰ ਬਦਲੇ ਬਦਲੇ ਨਜ਼ਰ ਆ ਰਹੇ ਆ। ਅਸੀਂ ਸੋਚਦੇ ਸੀ ਕਿ ਇਹ ਯੋਗ ਗੁਰੂ ਆ, ਇਹ ਤਾਂ ਸਵਾਮੀ ਆ, ਇਹ ਤਾਂ ਸੰਤ ਮਹਾਤਮਾ, ਪਰ ਉਹਨੇ ਜਿਵੇਂ ਜਿਵੇਂ ਆਪਣਾ ਕਾਰੋਬਾਰ ਖੜ੍ਹਾ ਕੀਤਾ ਅਤੇ ਜਿਵੇਂ ਜਿਵੇਂ ਮੋਦੀ ਸਰਕਾਰ ਦਾ ਪ੍ਰਚਾਰ ਕੀਤਾ ਸੀ, ਲੋਕ ਹੁਣ ਤੱਕ ਹੈਰਾਨ ਆ ਅਤੇ ਅੱਖਾਂ ਅੱਡ ਅੱਡ ਕੇ ਦੇਖਦੇ ਆ। ਭਵਿੱਖ ਦੇ ਵਿੱਚ ਕੀ ਹੋਊਗਾ, ਕਿਹੜੀ ਸਰਕਾਰ ਬਣੂਗੀ ਕੁਝ ਕਹਿ ਨਹੀਂ ਸਕਦੇ, ਪਰ ਰਾਮਦੇਵ ਨੂੰ ਬਾਹਲਾ ਹੀ ਬੀਬਾ ਰਾਣਾ ਰਾਹੁਲ ਗਾਂਧੀ ਜਾਪਣ ਲੱਗ ਪਿਆ। ਅਤੇ ਜਿਹੜੀ ਰਿਪੋਰਟ ਸਾਡੇ ਤੱਕ ਪੜ੍ਹੀ ਆ ਉਹਦਾ ਵੇਰਵਾ ਇਸ ਤਰੀਕੇ ਨਾਲ ਆ ਕਿ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਸਾਰੀਆਂ ਸਿਆਸੀ ਪਾਰਟੀਆਂ ਨੇ ਹੁਣੇ ਤੋਂ ਕਮਰ ਕਸਣੀ ਸ਼ੁਰੂ ਕਰ ਦਿੱਤੀ ਹੈ। ਬੀਜੇਪੀ ਨੂੰ ਚੁਣੌਤੀ ਦੇਣ ਲਈ ਵਿਰੋਧੀ ਪਾਰਟੀਆਂ ਗੱਠਜੋੜ ਦੀਆਂ ਜੁਗਤਾਂ ਵਿੱਚ ਜੁੱਟ ਗਈਆਂ ਨੇ। ਇਸੇ ਦਰਮਿਆਨ ਰਾਮਦੇਵ ਨੇ ਖੁਦ ਨੂੰ ਸਰਬਦਲ ਅਤੇ ਨਿਰਦਲ ਦੱਸਿਆ। ਅੱਜ ਰਾਮਦੇਵ ਨੇ ਕਬੀਰ ਦਾ ਦੋਹਾ ਦੁਹਰਾਉਂਦਿਆਂ ਕਿਹਾ ਕਿ ਮੈਂ ਤਾਂ ਫਕੀਰੀ ਦੀ ਅਵਸਥਾ ਦੇ ਵਿੱਚ ਹਾਂ। 2014 ਦੇ ਵਿੱਚ ਰਾਮਦੇਵ ਨੇ ਭਾਰਤੀ ਜਨਤਾ ਪਾਰਟੀ ਦਾ ਖੁੱਲ੍ਹ ਕੇ ਸਮਰਥਨ ਕੀਤਾ ਸੀ, ਥਾਂ ਥਾਂ 'ਤੇ ਰੈਲੀਆਂ ਕਰਕੇ ਮੋਦੀ ਨੂੰ ਵੋਟ ਦੇਣ ਦੀ ਅਪੀਲ ਕੀਤੀ ਸੀ, ਪਰ ਹੁਣ ਤੇਵਰ ਬਦਲਦੇ ਹੋਏ ਨਜ਼ਰ ਆ ਰਹੇ ਨੇ। ਉਹਨਾਂ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਸਿਫਤ ਕਰਨੀ ਬਣਦੀ ਹੈ ਅਤੇ ਸਿਫਤ ਕਰਦਿਆਂ ਖੁਦ ਨੂੰ ਨਿਰਦਲ ਅਤੇ ਸਰਬਦਲ ਦੱਸ ਕੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਿਸੇ ਵੀ ਦਲ ਨੂੰ ਸਮਰਥਨ ਨਾ ਦੇਣ ਦੀ ਗੱਲ ਆਖੀ ਹੈ। ਇਸ ਦੇ ਨਾਲ ਹੀ ਰਾਮਦੇਵ ਖੁਦ ਨੂੰ ਸਮਾਜਵਾਦ ਦਾ ਸਮਰਥਕ ਅਤੇ ਕਮਿਊਨਿਜ਼ਮ ਦਾ ਵਿਰੋਧੀ ਦੱਸ ਰਿਹਾ। ਰਾਮਦੇਵ ਨੇ ਕਿਹਾ ਮੈਂ 2019 ਵਿੱਚ ਮੋਦੀ ਸਰਕਾਰ ਦਾ ਪ੍ਰਚਾਰ ਨਹੀਂ ਕਰਾਂਗਾ। ਉਹਨਾਂ ਇਹ ਵੀ ਕਿਹਾ ਕਿ ਦੇਸ਼ ਵਿੱਚ ਚੰਗੇ ਲੋਕਾਂ ਦਾ ਰਾਜ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ 2014 'ਚ ਇੱਕ ਸਿਆਸੀ ਸੰਕਟ ਸੀ ਜੋ ਅੱਜ ਵੀ ਦਿਖਾਈ ਦਿੰਦਾ। ਰਾਮਦੇਵ ਨੇ ਅੱਗੇ ਫਿਰ ਕਬੀਰ ਦਾ ਦੋਹਾ ਦੁਹਰਾਇਆ। ਸਵਾਲ ਇਹ ਪੈਦਾ ਹੁੰਦਾ ਕਿ ਰਾਮਦੇਵ ਨੇ ਅਚਾਨਕ ਮੋਦੀ ਵੱਲੋਂ ਪੈਰ ਪਿੱਛੇ ਨੂੰ ਕਿਉਂ ਖਿੱਚ ਲਏ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ, ਅਸੀਂ ਹੈਰਾਨੀ ਵਾਲੇ ਲਹਿਜ਼ੇ ਵਿੱਚ ਕਹਿ ਸਕਦੇ ਹਾਂ ਕਿ ਜੇਕਰ ਰਾਮਦੇਵ ਇਹ ਪਤੰਜਲੀ ਵਾਲੀਆਂ ਜੜੀ ਬੂਟੀਆਂ ਦੇ ਚੱਕਰ ਦੇ ਵਿੱਚ ਨਾ ਹੁੰਦਾ, ਜੇਕਰ ਉਸ ਬੰਦੇ ਨੇ ਜੀਓ ਦੇ ਸਿਬਨ ਦੇ ਵਾਂਗੂ ਇੱਕ ਵੱਖਰਾ ਸਿਮ ਕੱਢਣ ਦੀ ਜੁਗਤ ਨਾ ਘੜੀ ਹੁੰਦੀ, ਜੇਕਰ ਰਾਮਦੇਵ ਨੇ ਡੇਅਰੀਆਂ ਖੋਲ੍ਹਣ ਦਾ ਐਲਾਨ ਨਾ ਕੀਤਾ ਹੁੰਦਾ, ਜੇਕਰ ਰਾਮਦੇਵ ਦੀ 10-15 ਹਜ਼ਾਰ ਕਰੋੜ ਦੀ ਸਾਲਾਨਾ ਟਰਨ ਓਵਰ ਨਾ ਹੁੰਦੀ,
ਤਾਂ ਵੀ ਇਸ ਬੰਦੇ ਨੂੰ ਜੇਕਰ ਮੌਕਾ ਹੋਰ ਕਿਤੇ ਨਾ ਮਿਲਦਾ ਤਾਂ ਇਹਨੇ ਵਧੀਆ ਫਿਲਮਾਂ ਦੇ ਵਿੱਚ ਹੋਣਾ ਸੀ, ਸੀਰੀਅਲਾਂ ਦੇ ਵਿੱਚ ਹੋਣਾ ਸੀ, ਕਿਉਂਕਿ ਬੰਦੇ ਨੂੰ ਨਾਟਕ ਕਰਨਾ ਆਉਣਾ ਚਾਹੀਦਾ ਅਤੇ ਬੰਦੇ ਨੂੰ ਕੰਮ ਤਾਂ ਮਿਲਣ ਦੀ ਕਮੀ ਪੇਸ਼ੀ ਦੀ ਅੱਜ ਦੀ ਤਰੀਕ ਦੇ ਵਿੱਚ। ਫਿਲਮਾਂ ਦੇ ਵਿੱਚ ਤਾਂ ਵੈਸੇ ਵੀ ਅੱਜ ਕੱਲ੍ਹ ਉਹ ਬੰਦੇ ਚੱਲਦੇ ਜਿਹੜੇ ਕਲਾਕਾਰ ਆ, ਅਤੇ ਰਾਮਦੇਵ ਇੱਕ ਕਲਾਕਾਰ ਆ, ਇਹਦੇ ਬਾਬਤ ਆਪਾਂ ਸਾਰੇ ਜਾਣਦੇ ਹਾਂ। ਪਿਛਲੇ ਕਈ ਦਿਨਾਂ ਤੋਂ ਖਬਰਾਂ ਆ ਰਹੀਆਂ ਕਿ ਇੱਕ ਕੁੜੀ ਨੇ ਕਿਤਾਬ ਲਿਖੀ ਅੰਗਰੇਜ਼ੀ ਦੇ ਵਿੱਚ ਰਾਮਦੇਵ ਦੇ ਫਰਸ਼ ਤੋਂ ਅਰਸ਼ 'ਤੇ ਜਾਣ ਦੀ, ਰਾਹ ਦੇ ਵਿੱਚ ਕਿਹਨੂੰ ਕਿਹਨੂੰ ਮਿਧਿਆ ਅਤੇ ਕਿਹਨੂੰ ਕਿਹਨੂੰ ਉਰੇ ਪਰੇ ਕੀਤਾ, ਇਹ ਸਾਰਾ ਕੁਝ ਉਹਦੇ 'ਚ ਦਰਜ ਹੈ। ਫਿਰ ਉਸ ਕਿਤਾਬ ਦੇ ਉੱਤੇ ਰੋਕ ਲਵਾ ਦਿੱਤੀ ਗਈ। ਉਹ ਜਿਹੜੀ ਲਿਖ ਆ ਉਹਨੇ ਆਪਣੇ ਮਨ ਦੇ ਕਈ ਕਿਸਮ ਦੇ ਵਲਵਲੇ ਸਾਂਝੇ ਕੀਤੇ ਆ। ਸੋ ਰਾਮਦੇਵ ਦੇ ਜਿਹੜੇ ਤੇਵਰ ਬਦਲੇ ਆ, ਹੁਣ ਕਾਂਗਰਸ ਚੰਗੀ ਲੱਗਦੀ ਹੈ, ਸ਼ਾਇਦ ਉਹ ਮਾਹੌਲ ਨੂੰ ਭਾਂਪ ਗਿਆ ਹੋਵੇ ਕਿ ਲੋਕ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ਼ ਬਹੁਤਾ, ਇਹ ਨਾ ਹੋਵੇ 2019 ਦੇ ਵਿੱਚ ਸਰਕਾਰ ਆਵੇ ਨਾ ਇਹਨਾਂ ਦੀ, ਅਤੇ ਮੈਂ ਕਾਂਗਰਸ ਦੇ ਜਾਂ ਬਾਕੀਆਂ ਦੇ ਉਲਟ ਬੋਲੀ ਜਾਵਾਂ। ਅਤੇ ਜਿਵੇਂ ਦਿੱਲੀ ਦੇ ਵਿੱਚ ਪਿਛਲੀ ਵਾਰ ਕਈ ਵਾਰੇ ਪਹਿਲਾਂ ਸਲਵਾਰ ਪਾ ਕੇ ਦੌੜਨਾ ਪਿਆ ਸੀ, ਇਹੋ ਜਿਹਾ ਮਾਹੌਲ ਨਾ ਬਣ ਜੇ। ਇਸ ਕਰਕੇ ਪਹਿਲਾਂ ਹੀ ਵਕਤ ਨੂੰ ਭਾਂਪ ਕੇ ਅਤੇ ਆਪਾਂ ਗੋਲ ਮੋਲ ਜਿਹੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਈਏ। ਰਾਮਦੇਵ ਨੂੰ ਜਿਹੜੇ ਲੋਕ ਅੱਜ ਵੀ ਬਾਬਾ ਕਹਿੰਦੇ ਆ, ਜਿਹੜੇ ਲੋਕ ਗੁਰੂ ਕਹਿੰਦੇ ਆ, ਉਹਨਾਂ ਨੂੰ ਸਮਝਣਾ ਚਾਹੀਦਾ ਕਿ ਜਿਹੜੇ ਗੁਰੂ ਅਤੇ ਬਾਬੇ ਹੁੰਦੇ ਆ ਉਹ ਵਪਾਰੀ ਨਹੀਂ ਹੁੰਦੇ। ਅਤੇ ਰਾਮਦੇਵ ਨੇ ਪਤੰਜਲੀ ਦੇ ਨਾਂ ਦੇ ਉੱਤੇ ਜਿੰਨਾ ਵੱਡਾ ਕਾਰੋਬਾਰ ਅਤੇ ਵਪਾਰ ਖੜਾ ਕੀਤਾ ਹੈ, ਇਹਦੇ ਬਾਬਤ ਕਿਸੇ ਤੋਂ ਕੋਈ ਵੀ ਗੱਲ ਲੁਕੀ ਛੁਪੀ ਨਹੀਂ ਹੈ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਮੁੜ ਹਾਜ਼ਰ ਹੋਵਾਂਗੇ। ਤੁਸੀਂ ਲਗਾਤਾਰ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਹੁਣ ਹਰ ਰੋਜ਼ ਆਪਣੇ ਫੇਵਰਿਟ ਸ਼ੋਅ ਦੇਖਣ ਲਈ ਹੋਵੇਗੀ ਭੱਜ ਨੱਠ, ਕਿਉਂਕਿ ਬ੍ਰਿਟ ਏਸ਼ੀਆ ਤੇ ਪ੍ਰਾਈਮ ਏਸ਼ੀਆ ਨੇ ਮਿਲਾ ਲਏ ਨੇ ਹੱਥ। ਹਰ ਰੋਜ਼ ਦੇਖੋ ਪ੍ਰਾਈਮ ਏਸ਼ੀਆ ਟੀਵੀ ਦੇ ਹਿੱਟ ਸ਼ੋਅਜ਼ ਹੁਣ ਬ੍ਰਿਟ ਏਸ਼ੀਆ ਟੀਵੀ ਤੇ। ਦੇਸ਼ ਦੁਨੀਆ ਦੀਆਂ ਖਬਰਾਂ ਲਈ ਪ੍ਰਾਈਮ ਨਿਊਜ਼ ਸਵੇਰੇ 7 ਵਜੇ, ਪ੍ਰਾਈਮ ਵੁਮਨ ਬੇਸਡ ਔਨ ਵੁਮਨਸ ਇਸ਼ੂਜ਼ ਸਵੇਰੇ 7:30 ਵਜੇ, ਕਲਚਰਲ ਸ਼ੋਅ ਵਿਦ ਮਿਊਜ਼ਿਕ ਪ੍ਰਾਈਮ ਜ਼ਿੰਦਗੀ ਸਵੇਰੇ 8 ਵਜੇ, ਰਿਲੀਜੀਅਸ ਇਸ਼ੂਜ਼ ਲਈ ਪ੍ਰਾਈਮ ਚਰਚਾ ਤੇ ਐਂਟਰਟੇਨਮੈਂਟ ਲਈ ਪ੍ਰਾਈਮ ਟਾਈਮ ਸਵੇਰੇ 9 ਵਜੇ, ਬੇਸਡ ਔਨ ਡੇਲੀ ਕਰੰਟ ਪੋਲੀਟੀਕਲ ਇਸ਼ੂਜ਼ ਪ੍ਰਾਈਮ ਫੋਕਸ, ਸ਼ਾਮ 5 ਵਜੇ ਜੱਜ ਦਾ ਵਿਚਾਰ ਮਿਊਜ਼ੀਕਲ ਕਾਮੇਡੀ ਸ਼ੋਅ ਐਂਡ ਇੰਟਰਵਿਊਜ਼ ਵਿਦ ਪੰਜਾਬੀ ਸਟਾਰਸ, ਸ਼ਾਮ 6 ਵਜੇ ਬੇਤੜਕ ਤੇ ਪੱਖਪਾਤ ਰਹਿਤ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਦਾ ਸ਼ੋਅ ਪ੍ਰਾਈਮ ਡਿਸਕਸ਼ਨ ਦੇਖੋ ਸ਼ਾਮ 7 ਵਜੇ, ਤੇ ਕੀ ਰਿਹਾ ਅਖਬਾਰਾਂ ਦੀਆਂ ਸੁਰਖੀਆਂ 'ਚ ਦੱਸਣਗੇ ਸਵਰਨ ਟੈਣਾ, ਖਬਰ ਦੀ ਖਬਰ ਸ਼ਾਮ 7:30 ਵਜੇ। ਸੋ 50 ਦੇ ਕਰੀਬ ਦੇਸ਼ਾਂ 'ਚ ਵਸਦੇ ਪੰਜਾਬੀਆਂ ਦੇ ਟੀਵੀ ਸੈੱਟਸ ਤੇ ਸਕਾਈ ਟੀਵੀ ਚੈਨਲ 743, ਵਰਜਨ ਟੀਵੀ ਚੈਨਲ 840, ਪ੍ਰੀਵਿਊ ਚੈਨਲ ਨੰਬਰ 264 ਤੇ। ਬ੍ਰਿਟਿਸ਼ ਏਸ਼ੀਆ ਟੀਵੀ ਹੈ ਜਿੱਥੇ, ਪ੍ਰਾਈਮ ਏਸ਼ੀਆ ਟੀਵੀ ਹੈ ਉੱਥੇ।